ਮੈਨੂੰ ਹੁਣ ਪਤਾ ਨਹੀਂ ਮੈਨੂੰ ਇਹ ਗੱਲ ਸੁਣਾਉਣੀ ਚਾਹੀਦੀ ਕਿ ਨਹੀਂ ਤੁਹਾਨੂੰ, ਪਰ ਇਹਦੇ 'ਚ ਕੋਈ ਵਡਿਆਈ ਨਾ ਸਮਝੋ, ਸਿਰਫ ਨੌਲੇਜ ਲਈ ਥਾਨ ਖੋਲ ਰਿਹਾ ਮਾੜਾ ਜਿਹਾ ਨੌਲੇਜ ਲਈ। ਮੈਂ ਮੁਹਾਲੀ ਗਿਆ, ਮੁਹਾਲੀ ਚੰਡੀਗੜ੍ਹ ਦੇ ਕੋਲ, ਅਤੇ ਇੱਕ ਭੈਣ ਜੀ ਨੇ ਨਾ ਲਾਂਭਾ ਦਿੱਤਾ, ਕਹਿੰਦੀ ਤੁਹਾਨੂੰ ਲਾਂਭਾ ਦੇਣਾ। ਮੈਂ ਕਿਹਾ ਦੱਸੋ। ਕਹਿੰਦੀ ਮੁੰਡੇ ਦਾ ਵੀਜ਼ਾ ਜਿਹੜਾ ਕਨੇਡਾ ਦਾ ਲਵਾਉਣਾ ਸੀ ਪੜ੍ਹਾਈ ਦਾ, ਮੈਨੂੰ ਕਹਿੰਦੀ 3 ਮਹੀਨੇ ਹੋ ਗਏ, 5 ਪਾਠ ਜਪਜੀ ਸਾਹਿਬ ਤੁਸੀਂ ਕਿਹਾ ਸੀ ਰੋਜ਼ ਕਰੋ, ਹਫ਼ਤੇ ਬਾਅਦ ਅਰਦਾਸ ਕਰੋ, ਕਹਿੰਦੀ 3 ਮਹੀਨੇ ਹੋ ਗਏ ਪਾਠ ਕਰਦੇ ਹਾਂ, ਲਾਂਭਾ ਦੇਣਾ, ਵੀਜ਼ਾ ਤਾਂ ਲੱਗਾ ਨਹੀਂ। ਆਖੋ ਸਾਧਨਾ, ਅਸੀਂ ਬਾਣੀ ਪੜ੍ਹੀ, ਜਹਾਜ਼ ਦਾ ਆਸਰਾ ਲਿਆ, ਵੀਜ਼ਾ ਤਾਂ ਲੱਗਾ ਨਹੀਂ, ਜਿਵੇਂ ਲਾਂਭਾ ਰੱਬ ਨੂੰ ਸਾਡਾ ਬਾਣੀ ਨੇ ਕੰਮ 'ਤੇ ਸਵਾਰਿਆ। ਮਤਲਬ ਮੈਨੂੰ ਇਹ ਨਹੀਂ ਪਤਾ ਬੋਲਣਾ ਚਾਹੀਦਾ, ਮੈਂ ਸਿਰਫ ਨੌਲੇਜ ਲਈ ਬੋਲ ਰਿਹਾ ਤੁਹਾਡੀ, ਹੋਰ ਨਾ ਸਮਝਿਆ। ਅਤੇ ਚਲੋ ਹੁਣ ਰੋਜ਼ ਦਾ ਕੰਮ ਹੈ, ਅਤੇ ਮੈਂ ਫਿਰ ਪੁੱਛ ਲਿਆ, ਮੈਂ ਕਿਹਾ 5 ਪਾਠ ਰੋਜ਼ ਕਰਦੇ ਪਏ ਹੋ ਵੱਧ ਨਿਤਨੇਮ ਤੋਂ ਇਲਾਵਾ? ਕਹਿੰਦੀ ਹਾਂ। ਹਫ਼ਤੇ ਬਾਅਦ ਅਰਦਾਸ ਕਰ ਰਹੇ ਹੋ ਦੇਖ ਲੈ ਕੇ? ਕਹਿੰਦੀ ਹਾਂ। ਮੈਂ ਕਿਹਾ 3 ਮਹੀਨੇ ਹੋ ਗਏ ਕਰਦੇ ਹਾਂ, ਵੀਜ਼ਾ ਨਹੀਂ ਲੱਗਾ? ਕਹਿੰਦੇ ਨਹੀਂ। ਹੁਣ ਗੱਲ ਨੂੰ ਸਮਝਿਓ, ਫਿਰ ਮੈਂ ਇੰਨਾ ਕੁ ਪੁੱਛਿਆ, ਮੈਂ ਕਿਹਾ 5 ਪਾਠ ਕਿਵੇਂ ਕਰਦੇ ਹੋ? ਆਖੋ ਸਤਨਾਮ। ਮੈਂ ਕੌਣ ਵੇਖਾਂ ਇਹਦੀ ਸ਼ਰਧਾ ਜੁਗਤੀ? ਮੈਂ ਕਿਹਾ ਜੀ 5 ਪਾਠ ਭੈਣ ਜੀ ਕਿਵੇਂ ਕਰਦੇ ਹੋ ਦੱਸੋ ਜਿਹੜੇ ਵੱਧ? ਕਹਿੰਦੀ 2 ਕੁ ਰੋਟੀ ਪਕਾਉਂਦਿਆਂ ਕਰ ਲਈ ਦੇ। ਆਖੋ ਸਤਨਾਮ। 1 ਅੱਧਾ ਰਾਤੀ ਰੋਟੀ ਪਕਾਉਂਦਿਆਂ ਕਰ ਲਈ ਦੇ। ਮੇਰੀ ਗੱਲ ਨੂੰ ਸਮਝਿਓ, ਉਹ ਜਿਹੜੇ 5 ਪਾਠ ਐਕਸਟਰਾ ਕਰਨੇ ਨਾ ਵੀ, ਜਿਵੇਂ ਬਸ ਵੱਖਰਾ ਟਾਈਮ ਨਹੀਂ ਦੇਣਾ, ਕਲੋ ਕਲਾਮਾ ਲਾਉਣਾ। ਆਖੋ ਸਤਨਾਮ। 1 ਅੱਧਾ ਕੱਪੜੇ ਧੋਂਦੇ, 1 ਅੱਧਾ ਇੰਜ। ਮੈਂ ਕਿਹਾ ਜੀ ਰੋਟੀ ਪਕਾਉਂਦੇ ਹਾਂ ਸਿਮਰਨ ਕਰੀਦਾ। ਆਖੋ ਸਤਨਾਮ। ਕੱਪੜੇ ਧੋਂਦੇ ਹਾਂ ਸਿਮਰਨ ਕਰੀਦਾ, ਜੇ ਗੱਲ ਵੀ ਹੋ ਜਾਂਦੀ ਹੈ। ਬਰਤਨ ਮਾਂਜਦੇ ਹਾਂ ਸਿਮਰਨ ਕਰੀਦਾ। ਸਿਰ ਉਹ ਗੱਲ ਨੂੰ ਸਮਝੋ, ਮੈਂ 1 ਮਿੰਟ 'ਚ ਹੀ ਬੋਲਾਂਗਾ। ਮੈਂ ਕਿਹਾ ਤੁਸੀਂ 5 ਪਾਠ ਮਨ ਨੂੰ ਭੁਲੇਖਾ ਦਿੰਦੇ ਰਹੇ ਹੋ ਵੀ ਮੈਂ ਵੱਧ ਕਰ ਰਹੀ ਹਾਂ, ਜਦਕਿ ਉਹ 5 ਪਾਠਾਂ ਲਈ ਵੱਖਰਾ ਸਮਾਂ ਗੁਰੂ ਨੂੰ ਨਹੀਂ ਦਿੱਤਾ। ਆਖੋ ਸਤਨਾਮ। ਹੁਣ ਗੱਲ ਚੰਗੀ ਲੱਗੇ ਵੇਖ ਲਿਓ, ਇਹਨੂੰ ਦੂਜੇ ਬੰਨੇ ਨਾ ਖੜੇ। ਮੈਂ ਕਿਹਾ ਜੀ ਮੈਂ ਉਹਦੀ ਕਿਰਪਾ ਨਾਲ ਕਹਿੰਦਾ ਵਾੜ ਲੱਗੀ ਰਹੇ, ਸਿਰਫ ਬਾਣੀ ਦਾ ਪ੍ਰਚਾਰ ਘਰ ਘਰ ਪਹੁੰਚੇ ਮੈਨੂੰ ਤਾਂ ਮਾੜਾ ਬੋਲਣਾ ਪਿਆ। ਮੈਂ ਕਿਹਾ ਭੈਣ ਜੀ ਕੱਲ੍ਹ ਤੋਂ ਸ਼ੁਰੂ ਕਰੋ। ਇਹ ਮੇਰੇ ਉਂਗਲ ਵੱਲ ਵੇਖਿਓ, ਮੈਂ ਕਿਹਾ ਇੰਝ ਚਾਦਰ ਵਿਛਾਓ ਚਿੱਟੀ ਜਾਂ ਕੋਈ ਸੁੱਚੀ ਚਾਦਰ, ਇੰਝ ਚਾਦਰ ਵਿਛਾ ਲਓ। ਹੁਣ ਸਾਹਮਣੇ ਤੁਸੀਂ ਬਹਿ ਜਾਓ, ਭਾਵੇਂ ਭੁੰਜੇ ਬਹਿ ਜਾਓ, ਭਾਵੇਂ ਦੂਜੀ ਚਾਦਰ ਕੋਈ ਹੋਰ ਉਹਤੇ ਬਹਿ ਜਾਓ। ਮੈਂ ਕਿਹਾ ਉਹ ਜਿਹੜੀ ਚਾਦਰ ਵਿਛਾਈ ਹੈ ਨਾ, ਅਤੇ ਹੁਣ ਉਹਦੇ 'ਤੇ ਭਾਵਨਾ ਬਣਾਓ, ਗੁਰੂ ਗੋਬਿੰਦ ਸਿੰਘ ਬੈਠੇ ਨੇ। ਆਖੋ ਸਤਨਾਮ। ਇਹ ਆਸਣ ਭਗਤੀ ਹੈ। ਮੈਂ ਕਿਹਾ ਸਿਰ ਭਾਵਨਾ ਬਣਾਓ, ਸੁੱਚੀ ਚਾਦਰ ਹੈ, ਮਹਾਰਾਜ ਬੈਠੇ ਹੈ, ਅਤੇ ਹੁਣ ਕਰੋ ਜਪਜੀ ਸਾਹਿਬ, ਹੁਣ ਕਰੋ ਜਪਜੀ ਸਾਹਿਬ, ਹੁਣ ਕਰੋ ਦੂਜਾ ਪਾਠ, ਤੀਜਾ ਪਾਠ, ਚੌਥਾ, ਉਹਨੂੰ ਹਾਜ਼ਰ ਸਮਝ ਕੇ। ਭਾਈ ਗਾਉਂਦੇ ਨੇ ਭਗਤੀ ਕੀਤੀ ਹੈ, ਜਿਹਨੂੰ ਗੁਰੂ ਹਰਿਰਾਜ ਸਾਹਿਬ ਨੇ ਕਾਬਲ ਭੇਜਿਆ ਸੀ, ਉਹਨੇ ਕਿਹਾ ਸੀ ਇਹ ਸੰਗਤ ਨੂੰ ਮੇਰੇ 'ਚੋਂ ਦਰਸ਼ਨ ਹੋਣਗੇ, ਮੈਨੂੰ ਕਿੱਥੋਂ ਆਉਣਗੇ? ਅਤੇ ਮਹਾਰਾਜ ਨੇ ਕਿਹਾ ਸੀ ਸਵੇਰੇ ਨਿਤਨੇਮ ਆਸਣ ਵਿਛਾ ਕੇ ਕਰੀ, ਆਸਣ ਵਿਛਾ ਲਈ ਸੁੱਚਾ, ਅਤੇ ਸਿਰ ਭਾਵਨਾ ਬਣਾਈ ਅਸੀਂ ਬੈਠੇ ਹਾਂ, ਤੈਨੂੰ ਕਿਤਨੀ ਵਾਰੀ ਝੋਲਿਆਂ ਵਿੱਚ ਦਰਸ਼ਨ ਦਿਆਂਗੇ। ਆਖੋ ਸਤ। ਗੁਰੂ ਹਰਿਰਾਜ ਸਾਹਿਬ ਨੇ ਕਿਹਾ ਸੀ ਭਾਈ ਗਾਉਂਦਾ ਜੀ, ਯਕੀਨ ਜਾਣਿਓ, ਮੈਨੂੰ ਨਹੀਂ ਪਤਾ ਬੋਲਣਾ ਚਾਹੀਦਾ ਕਿ ਨਹੀਂ। ਮੈਂ ਕਿਹਾ ਭੈਣ ਜੀ ਇੰਝ ਕਰੋ, ਉਹ ਜਿਹੜਾ ਬਰਤਨ ਮਾਂਜਦੇ ਕਰੋ ਚੰਗੀ ਗੱਲ ਹੈ, ਉਹ ਸਿਮਰਨ ਕਰੀਦਾ, ਉਹ ਸਵਾਸ ਸਵਲੇ ਕਰੀਦਾ, ਤੁਸੀਂ ਤਾਂ ਜਿਹੜਾ
ਮੇਨ ਨੇਮ ਹੈ ਉਹਨੂੰ ਉਹਦੇ 'ਚ ਲੈ ਲੈ। ਇਹ ਤਾਂ ਇੱਕ ਦੂਸਰੀ ਗੱਲ ਹੋ ਗਈ ਨਾ ਜੀ, ਨੇਮ ਕਿਸੇ ਚੀਜ਼ ਲਈ ਉਹਨੂੰ ਆਪਣੇ ਦੂਜੇ ਕੰਮ 'ਚ ਵੀ ਹੋਰ ਟਾਈਮ ਨਾ ਦੇਣਾ ਪੈ ਜਾਵੇ। ਮੈਂ ਕਿਹਾ ਜੀ ਇੰਝ ਵਿਛਾਓ ਚਾਦਰ ਅਤੇ ਭਾਵਨਾ ਬਣਾਓ, ਇੱਧਰ ਦੂਜੇ ਬੰਨੇ ਆਪ ਬੈਠ ਕੇ ਉਸ ਚਾਦਰ 'ਤੇ ਨਹੀਂ ਦੂਜੀ 'ਤੇ ਬੈਠ ਕੇ ਵੀ ਮਹਾਰਾਜ ਹਾਜ਼ਰ ਬੈਠੇ ਹੁਣ ਕਰੋ, ਹੁਣ ਫਿਰ ਹਫ਼ਤੇ ਬਾਅਦ ਦੇ। ਹੁਣ ਸੰਗਤ ਸਾਰੀ ਸੁਣ ਲਓ ਕਿਉਂਕਿ ਲਾਈਵ ਜਾ ਰਿਹਾ ਪ੍ਰੋਗਰਾਮ। ਇਹ ਗੁਰਕਪਾਲ ਸਿੰਘ ਕਹਿ ਰਿਹਾ ਇਤਨਾ ਕਰੋ, ਨਹੀਂ ਜਿਹੜੇ ਤੁਹਾਡੇ ਜੋ ਸਹਿਜ ਪਾਠ ਕਰਦੇ ਨੇ ਉਹਨਾਂ ਨੂੰ ਪਤਾ ਇਹ ਭਗਤੀ ਸਤਿਗੁਰਾਂ ਨੇ ਦੱਸੀ ਹੈ। ਅੰਦਰ ਸੱਚਾ ਨਿਓ, ਬੋਲੋ ਸਾਰੇ, ਅੰਦਰ ਸੱਚਾ ਨਿਓ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਆਖੋ ਸਤਨਾਮ ਵੀ ਗੁਰੂ ਨੂੰ ਕੋਲ ਬੁਲਾ ਕੇ ਕੋਲ ਬਿਠਾ ਕੇ, ਜਿੰਨੀ ਸੰਗਤ ਨਾਲ ਜੋ ਨਿਤਨੇਮ ਕਰਦੇ ਹੋ ਗੁਰੂ ਨੂੰ ਕੋਲ ਹਾਜ਼ਰ ਸਮਝ ਕੇ ਕਰਿਆ ਕਰੋ, ਤੁਹਾਡਾ ਨਿਤਨੇਮ ਦੁੱਗਣਾ ਚੁੱਗਣਾ ਮਹਾਤਮ ਵੱਧ ਜਾਏਗਾ ਫਲ ਉਹਦਾ। ਆਖੋ ਸਤਨਾਮ, ਉਹਦਾ ਮਹਾਤਮ ਵੱਧ ਜਾਏਗਾ। ਹੁਣ ਮੈਨੂੰ ਨਹੀਂ ਪਤਾ ਬੋਲਣਾ ਚਾਹੀਦਾ ਕਿ ਨਹੀਂ, ਯਕੀਨ ਜਾਣੇ। ਮੈਂ ਕਿਹਾ ਭੈਣ ਜੀ ਹੁਣ ਇਤਨਾ ਲਾਓ ਦੋ ਤਿੰਨ ਮਹੀਨੇ, ਇੰਝ ਕਰੋ ਜਪਜੀ ਸਾਹਿਬ ਸ਼ਰਧਾ ਨਾਲ ਹਾਜ਼ਰ ਸਮਝ ਕੇ। ਸੰਗਤ ਜੀ ਮਹੀਨੇ ਬਾਅਦ ਹੀ ਮੈਨੂੰ ਫੋਨ ਆ ਗਿਆ, ਕਹਿੰਦੀ ਜੀ ਬੜੀ ਕਿਰਪਾ ਹੋ ਗਈ, ਜਦੋਂ ਦਾ ਇੰਝ ਭਾਵਨਾ ਨਾ ਕਰਨ ਲੱਗ ਪਏ ਹਾਂ ਜੀ, ਕਹਿੰਦੀ ਵੀਜ਼ਾ ਲੱਗ ਗਿਆ। ਆਖੋ ਸਤਨਾਮ, ਇਹ ਮੈਨੂੰ ਕਹਿਣਾ ਚਾਹੀਦਾ ਕਿ ਨਹੀਂ, ਅੱਜ ਦੀ ਡੇਟ ਵਿੱਚ ਉਹ ਬੱਚਾ ਕਨੇਡਾ ਚਲਾ ਵੀ ਗਿਆ ਪੜ੍ਹਨ ਲਈ। ਆਖੋ ਸਤਨਾਮ, ਸਿਰਫ ਚੀਜ਼ ਦੀ ਘੁੱਡੀ ਕੀ ਸ਼ਰਧਾ, ਉਹ ਕੰਮ 'ਚ ਸ਼ਰਧਾ। ਇਹ ਜਹਾਜ਼ ਯੋਗਾਂ ਯੋਗਾਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਜਹਾਜ਼ ਝੋਲੀਆਂ ਭਰਦਾ ਰਹੇਗਾ। ਦੋ ਚੀਜ਼ਾਂ ਚਾਹੀਦੀਆਂ, ਇੱਕ ਜੁਗਤੀ ਇੱਕ ਸ਼ਰਧਾ, ਕਹਿ ਦਿਓ ਗੱਜ ਕੇ ਸਤਨਾਮ।